ਫਗਵਾੜਾ ਦੇ ਰਾਸ਼ਟਰੀ ਮਾਰਗ ਤੇ ਸਥਿਤ ਪਿੰਡ ਨਾਨਕ ਨਗਰੀ ਵਿਖੇ ਸੰਤ ਫੂਲਨਾਥ ਸਪੋਰਟਸ ਕਲੱਬ ਆਵਾਜੇ ਕੌਮ ਸੰਤ ਕ੍ਰਿਸ਼ਨ ਨਾਥ ਜੀ ਅਤੇ ਉੱਘੇ ਸਮਾਜ ਸੇਵਕ ਸਰਦਾਰ ਹਰਨੇਕ ਸਿੰਘ ਨੇਕਾ ਸਰਦਾਰ ਸਰਵਨ ਸਿੰਘ ਦਿਓ ਸਰਪੰਚ ਪਿੰਡ ਚਹਿੜੂ ਦੇ ਵਿਸ਼ੇਸ਼ ਉਪਰਾਲੇ ਸਦਕਾ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਨੌਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਕਲੱਬਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਉੱਥੇ ਹੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਹਾਜ਼ਰ ਹੋਏ ਇਸ ਮੌਕੇ ਤੇ ਸੰਤ ਕ੍ਰਿਸ਼ਨ ਨਾਥ ਜੀ ਵੱਲੋਂ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਹੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਸੰਤ ਕ੍ਰਿਸ਼ਨ ਨਾਥ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਜੈ ਸੰਤਾਂ ਦੀ ਸਤਿਕਾਰਯੋਗ ਗੁਰੂ ਪਿਆਰੇ ਸਾਧ ਸਿੰਘ ਜੀ ਉਹ ਸੰਤ ਬਾਬਾ ਫੂਲਨਾਥ ਸਪੋਰਟਸ ਕਲੱਬ ਨਾਨਕ ਨਗਰੀ ਜੀ ਡੀ ਓ ਚਹਿੜੂ ਬੋਲੋ ਅੱਜ ਨੌਵਾਂ ਕ੍ਰਿਕਟ ਟੂਰਨਾਮੈਂਟ ਲਵਲੀ ਦੀ ਗਰਾਊਂਡ ਦੇ ਵਿੱਚ ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਭਾਵਨਾ ਦੇ ਨਾਲ ਨਿਰਵਿਘਨ ਸੰਪੂਰਨ ਸੰਪੰਨ ਹੋਇਆ ਜਿਹਦੇ ਵਿੱਚ ਆਲ ਓਪਨ ਕਲੱਬਾਂ ਦੇ ਵਿਦਿਆਰਥੀ ਜਿਹੜੇ ਹੈਗੇ ਸਾਰੇ ਦੇ ਸਾਰੇ ਉਹ ਪਹੁੰਚੇ ਨੇ ਅੱਠ ਕਲੱਬਾਂ ਸੀਗੀਆਂ ਜਿਹਦੇ ਵਿੱਚੋਂ ਦਾ ਸਾਹਿਬ ਕਲੱਬ ਦੁਆਬੇ ਤੋਂ ਉਹ ਫਸਟ 'ਤੇ ਆਈ ਹੈ ਪਹਿਲੇ ਸਾਈਂ ਇਲੈਵਨ ਹੁਸ਼ਿਆਰਪੁਰ ਉਹ ਦੂਜੇ ਨੰਬਰ 'ਤੇ ਆਏ ਆ ਔਰ ਇਸੇ ਤਰ੍ਹਾਂ ਨਾਮਵਾਰ ਇੱਦਾਂ ਤਰਤੀਬ ਵਾਰ ਸਾਰੇ ਆਏ ਆ ਉਹ ਸਾਰੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਜਿਹਦੇ ਵਿੱਚ ਧਾਰਮਿਕ ਸ਼ਖਸੀਅਤਾਂ ਰਾਜਨੀਤਿਕ ਸ਼ਖਸੀਅਤਾਂ ਅਤੇ ਪਤਵੰਤੇ ਸੱਜਣ ਅਤੇ ਬੁੱਧੀਜੀਵੀ ਵਿਦਵਾਨ ਅਤੇ ਸੰਗਤ ਦੇਸ਼ ਵਿਦੇਸ਼ ਦੀ ਸੰਗਤ NRI ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਕ੍ਰਿਕਟ ਟੂਰਨਾਮੈਂਟ ਬੜੇ ਪਿਆਰ ਸਤਿਕਾਰ ਦੇ ਨਾਲ ਲਵਲੀ ਦੇ ਗਰਾਊਂਡ ਵਿੱਚ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਬਾਕੀ ਪੂਰੀ ਜਾਣਕਾਰੀ ਸਾਡੇ ਭਾਈ ਸਾਹਿਬ ਦੇਣਗੇ ਬਹੁਤ ਬਹੁਤ ਧੰਨਵਾਦ ਹਾਂਜੀ ਬਹੁਤ ਵਧੀਆ ਮੈਚ ਖੇਡੇ ਗਏ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਵੀ ਫਸਟ ਪ੍ਰਾਈਜ਼ ਰਾਜਾ ਸਾਹਿਬ ਕਲੱਬ ਦੁਆਬਾ ਨੇ ਜਿੱਤਿਆ ਜੀ ਔਰ ਸੈਕਿੰਡ ਪ੍ਰਾਈਜ਼ ਜਿਹੜਾ ਸੀਗਾ ਜੀ ਸਾਈਂ ਲੈਵਲ ਹੁਸ਼ਿਆਰਪੁਰ ਦੀ ਟੀਮ ਜਿਹੜੀ ਰਨਰਅਪ ਰਹੀ ਅੱਜ ਦੇ ਮੇਲੇ ਤੋਂ ਔਰ ਫਾਈਨਲ ਮੈਚ ਦੇ ਵਿੱਚ ਫਰੀਦੀ ਨਵਾਂਸ਼ਹਿਰ ਬਹੁਤ ਤਕੜਾ ਖੇਡਿਆ ਜੀ ਜਿਹਦੇ ਕਰਕੇ ਟੀਮ ਫਸਟ ਆਈ ਹੈ ਔਰ ਦੂਜੇ ਪਾਸੇ ਬਾਡੀ ਹੁਸ਼ਿਆਰਪੁਰ ਬਰਿੰਦੇ ਵਰਗੇ ਡਿੱਪੂ ਵਰਗੇ ਸ਼ੇਰੂਟੇ ਵਾਲਾ ਮੁੰਡਾ ਬਹੁਤ ਵਧੀਆ ਖੇਡਿਆ ਔਰ ਪ੍ਰਬੰਧ ਬਹੁਤ ਵਧੀਆ ਸੀ ਕਮੇਟੀ ਦਾ ਜੀ ਔਰ ਬਾਬਾ ਜੀ ਹੋਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਬਾਬਾ ਫੂਲਾ ਸਪੋਰਟਸ ਕਲੱਬ ਨੇ ਬਹੁਤ ਵਧੀਆ ਮੇਲਾ ਕਰਵਾਇਆ ਜੀ ਔਰ ਪੰਜਾਬ ਲਾਈਵ 'ਤੇ ਜਿਹੜਾ ਲਾਈਵ ਕੀਤਾ ਗਿਆ ਜੇ ਤੁਸੀਂ ਦੁਬਾਰੇ ਮੈਚ ਵੇਖਣੇ ਚਾਹੁੰਦੇ ਤਾਂ ਯੂਟਿਊਬ 'ਤੇ ਚੱਲਣਾ ਭਰਾਵਾਂ ਦਾ ਪੰਜਾਬ ਲਾਈਵ 24 ਅਤੇ ਉਹ ਤੁਸੀਂ ਜਦੋਂ ਮਰਜ਼ੀ ਮੈਚ ਕੱਢ ਕੇ ਵੇਖ ਸਕਦੇ ਹੋ ਅਤੇ ਵਧੀਆ ਟੂਰਨਾਮੈਂਟ ਹੋਇਆ ਜੀ ਸ਼ੁਕਰੀਆ ਇੱਦਾਂ ਹੀ ਤੁਸੀਂ ਮੇਲੇ ਕਰਵਾਉਂਦੇ ਰਹੋ ਔਰ ਇੱਦਾਂ ਹੀ ਜਿਹੜੀ ਸਿਹਤਮੰਦ ਜਵਾਨੀ ਰਹਿਣੀ ਹੈ ਫੈਸ਼ਨ ਤੋਂ ਹਟ ਕੇ ਆਪਾਂ ਇਹ ਮੇਲੇ ਕਰਵਾਉਂਦੇ ਹਾਂ ਔਰ ਜਵਾਨੀ ਨੂੰ ਜਾਗਰੂਕ ਕੀਤਾ ਜਾਂਦਾ ਸੋ ਬਹੁਤ ਬਹੁਤ ਸ਼ੁਕਰੀਆ ਇੱਦਾਂ ਦੇ ਕੱਪ ਕਰਵਾਉਣ ਲਈ ਔਰ ਸਾਰੀ ਸਪੋਰਟਸ ਕਲੱਬ ਦਿਲੋਂ ਧੰਨਵਾਦ ਕਰਦੇ ਹਾਂ ਗੁਰੂ ਖਾਲਸਾ ਵਾਹਿਗੁਰੂ ਫਤਿਹ ਅੱਜ ਯੋਗਦਾਨ ਇਹ ਜੀ ਅੱਜ ਵਰਤ ਵੀ ਸੀਗਾ ਜੀ ਸਾਰਿਆਂ ਦੇ ਰੱਖਿਆ ਵਰਤ ਨੂੰ ਵੀ ਅਸੀਂ ਭੈਣਿਆਂ ਨੂੰ ਬੀਜੀ ਹੁੰਦੇ ਹਾਂ ਟੂਰਨਾਮੈਂਟ ਦੇ ਵਿੱਚ ਵਧੀਆ ਨਾਲ ਬਾਬਾ ਜੀ ਦੇ ਸਾਥ ਦਿੱਤਾ
ਬਾਬਾ ਜੀ ਦੀ ਸ਼ਹਿਰ ਦੇ ਥੱਲੇ ਸੀਗਾ ਜੀ, ਜਿੰਨੇ ਜੋ ਕੋਈ ਗੋਲਡੀ ਭਾਅ ਜੀ, ਕਾਲਾ ਪੰਥ ਸਰਪੰਚ, ਇਹਨਾਂ ਨੇ ਨਾਲ ਸਰਪੰਚ ਭਾਅ ਜੀ ਸੀਗੇ, ਸਰਪੰਚ ਚਾਚਾ ਜੀ, ਇੱਥੇ ਆ ਕੇ ਆਏ ਹਾਂ ਜੀ। ਬਹੁਤ ਚਾਰ ਖੁਸ਼ੀ ਲੱਗੀ, ਦੋ ਵਾਰੀ ਪਹਿਲਾਂ ਸਵੇਰੇ ਸ਼ੁਰੂ ਕਰਾਉਣਾ ਆ, ਹੁਣ ਨਾਮ ਮੰਡ ਹੋਈ ਹੈ ਜੀ, ਸਾਨੂੰ ਵੀ ਸਨਮਾਨਿਤ ਕੀਤਾ, ਬਹੁਤ ਜ਼ਿਆਦਾ ਦਿਲ ਨੂੰ ਖੁਸ਼ੀ ਹੋਈ ਹੈ। ਸੋ ਪਿਛਲੇ ਟੂਰਨਾਮੈਂਟ ਦੌਰਾਨ ਤੁਹਾਡੀਆਂ ਸੇਵਾਵਾਂ ਚਲਾਓ ਜੀ ਸਨ, ਤੁਸੀਂ ਮੋਟਰਸਾਈਕਲ ਵੀ ਇੱਥੇ ਦਿੱਤਾ ਸੀਗਾ। ਹਾਂਜੀ, ਇਸ ਵਾਰ ਕਿਸ ਤਰ੍ਹਾਂ ਦੀ ਸ਼ਮੂਲੀਅਤ ਰਹੀ? ਐਤਕੀ ਜੀ ਬਹੁਤ ਦਾਨ ਦਿੱਤਾ ਸੀਗਾ ਜੀ, ਦੱਸਣਾ ਨਹੀਂ ਚਾਹੁੰਦੇ ਜੀ। ਜੀ, ਆਉਣ ਵਾਲੇ ਸਮੇਂ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ? ਨਸ਼ੇ ਤੋਂ ਰਹਿਤ ਹੋਣ ਜੀ ਸਾਰੇ, ਕਿਸੇ ਸੰਯੋਗ ਚਾਹੀਦਾ ਹਵੇਲੀ ਦਫ਼ਤਰ ਹੈਗਾ ਜੀ, 7 ਵਜੇ ਤੋਂ 9 ਵਜੇ ਕੋਈ ਵੀ ਆ ਕੇ ਮਿਲ ਸਕਦਾ ਜੀ ਖਿਡਾਰੀ। ਅੱਜ ਬਹੁਤ ਵੱਡਾ ਮਾਣ ਮਿਲਿਆ ਤੁਹਾਨੂੰ, ਇੱਕ ਸੰਤਾਂ ਵੱਲੋਂ ਆਸ਼ੀਰਵਾਦ ਮਿਲਿਆ, ਉਹਦੇ ਬਾਰੇ ਸੰਤਾਂ ਬਾਰੇ ਕੀ ਕਹਿਣਾ ਚਾਹੋਗੇ? ਸੰਤਾਂ ਲਈ ਜੀ, ਉਹਨਾਂ ਵਰਗਾ ਤਾਂ ਕੋਈ ਵੀ ਨਹੀਂ ਹੋ ਸਕਦਾ ਜੀ, ਨਾ ਗੁਰੂਆਂ ਵਰਗਾ ਨਾ ਸੰਤਾਂ ਵਰਗਾ ਜੀ, ਉਹਨੇ ਆਪਣੇ ਪਰਿਵਾਰ ਵੀ ਛੱਡੇ ਹੁੰਦੇ ਜੀ, ਸਾਰੇ ਇੱਥੇ ਡੇਰੇ 'ਤੇ ਲਾਇਆ ਮਨ ਤਨ, ਬਹੁਤ ਜ਼ਿਆਦਾ ਦਿਲ ਨੂੰ ਖੁਸ਼ੀ ਹੋਈ, ਬਹੁਤ ਵੱਡੀ ਜੀ, ਪਰਿਵਾਰ ਸਮੇਤ ਆਏ, ਮੇਰੀ ਸਿਸਟਰ ਵੀ ਨਾਲ ਆ, ਭਾਣਜਾ ਵੀ ਨਾਲ ਆ ਜੀ। ਸੋ ਅੱਜ ਸੰਤ ਕ੍ਰਿਸ਼ਨ ਜੀ ਮਹਾਰਾਜ ਵੱਲੋਂ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ, ਹੋਰ ਕਿਹੜੀ ਕਿਹੜੀਆਂ ਸ਼ਖਸੀਅਤਾਂ ਪੁੱਜੀਆਂ ਇਸ ਮੌਕੇ? ਇੱਥੇ ਕਮਲ ਧਾਰੀਵਾਲ MLA ਸਾਹਿਬ ਦਾ ਬੇਟਾ ਜੀ, ਉਹ ਪਹੁੰਚਿਆ, ਗੁਰਦਿਆਲ ਚੇਅਰਮੈਨ ਪਹੁੰਚਿਆ, ਸੁਮਨ ਸ਼ਹਿਰੀ ਪ੍ਰਧਾਨ ਸੀ ਕਾਂਗਰਸ ਦੇ, ਉਹ ਵੀ ਪਹੁੰਚੇ ਜੀ, ਅਤੇ ਗੜੀ ਸਾਹਿਬ ਪਹੁੰਚੇ ਆ ਜੀ, ਅਕਾਲੀ ਦਲ ਦੇ ਵਿੱਚੋਂ ਬਲੋਂ ਕਲਾਰ ਸਾਹਿਬ ਸੀਗੇ ਅਕਾਲੀ ਦਲ ਦੇ ਜੀ, ਹੋਰ ਉਹਨਾਂ ਦੇ ਨਾਲ ਕਈ ਸੀਗੇ, ਸੁੱਖੀ ਸੀਗਾ ਜੀ ਬੰਗਾ ਤੋਂ ਅਕਾਲੀ ਦਲ। ਅਗਲੇ ਟੂਰਨਾਮੈਂਟ ਕੀ ਅਲੱਗ ਕੀਤਾ ਜਾਵੇਗਾ ਜੀ? ਅਗਲੀ ਵਾਰ ਨੂੰ ਜੀ ਇੱਦਾਂ ਜੇ ਬਾਬਾ ਜੀ ਦੇ ਨਾਲ ਹੈ ਜੀ, ਜੋ ਕਹਿਣਗੇ ਉਹਨਾਂ ਦਾ ਹੁਕਮ ਹੈ, ਉਹਨਾਂ ਹੁਕਮਾਂ 'ਚ ਮੋੜਿਆ ਨਹੀਂ ਕਦੀ ਜੀ। ਧੰਨਵਾਦ।